ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਸੀਨ ਮੌਕੇ ਤੇ ਇੱਦਾਂ ਹੈ ਕਿ ਇੱਕ ਦਿਨ ਦਾ ਵਲੌਗ ਵਿੱਚ ਮਿਸ ਹੋ ਗਿਆ। ਕੱਲ ਮੈਂ ਵਲੌਗ ਸ਼ੂਟ ਨਹੀਂ ਸੀ ਕੀਤਾ, ਤੇ ਪਰਸੋਂ ਜਿਹੜਾ ਵਲੌਗ ਸ਼ੂਟ ਕੀਤਾ ਸੀ ਨਾ, ਉਹ ਫਿਰ ਮੈਂ ਹੁਣ ਐਡਿਟ ਕਰਕੇ ਤੇ ਅੱਜ ਅਪਲੋਡ ਕਰ ਦਾਂਗਾ, ਠੀਕ ਹੈ। ਯਾਨੀ ਇਸ ਵਲੌਗ ਤੋਂ ਪਹਿਲਾਂ ਕੱਲ ਵਾਲਾ ਇੱਕ ਮਿਸ ਹੋ ਗਿਆ ਵਲੌਗ, ਤੇ ਉਹਦੇ ਵਿੱਚ ਵੈਸੇ ਕੋਈ ਜ਼ਿਆਦਾ ਖਾਸ ਕੰਮ ਤੇ ਕੀਤਾ ਨਹੀਂ ਮੈਂ, ਤੇ ਲੇਟ ਹੀ ਕੰਮ ਸ਼ੁਰੂ ਕੀਤਾ ਸੀ ਮਾਡਲਾਂ ਤੇ, ਇਸ ਕਰਕੇ ਫਿਰ ਮੈਂ ਵਲੌਗ ਬਣਾਇਆ ਹੀ ਨਹੀਂ। ਤੇ ਅਰਜਨ ਜਿਹੜਾ ਵਾ ਰੈਡੀ ਕਰਨ ਦਾ ਸੀ ਨਾ, ਉਹ ਕੱਲ੍ਹ ਤਿਆਰ ਕਰਕੇ ਕੰਪਲੀਟ, ਅਤੇ ਉਹ ਕੁਰੀਅਰ ਕਰਤਾ, ਠੀਕ ਹੈ। ਉਹਦੀ ਸ਼ੋਰਟ ਵੀਡੀਓ ਮੈਂ ਅਪਲੋਡ ਕਰ ਦਾਂਗਾ। ਅਤੇ ਕੱਲ੍ਹ ਐਲਾਬਾਦ ਗਿਆ ਸੀ ਅਤੇ ਕੁਛ ਪਾਰਸਲ ਵੀ ਆਏ ਸੀਗੇ, ਉਹ ਵੀ ਲੈ ਕੇ ਆਇਆ ਮੈਂ। ਉਹਨਾਂ 'ਚੋਂ ਇੱਕ ਪਾਰਸਲ ਆ ਰਿਹਾ, ਠੀਕ ਹੈ, ਬਾਕੀ ਮੈਂ ਰੱਖਤੇ ਆ ਸਾਰੇ ਡੱਬਿਆਂ 'ਚ ਪਾ ਕੇ। ਅਤੇ ਆਹ ਦੇਖੋ, ਆਪਾਂ ਮੰਗਾਈਆਂ ਸੀਗੀਆਂ ਵਾਸ਼ਲਾਂ ਅਲੱਗ ਅਲੱਗ ਸਾਈਜ਼ ਦੀਆਂ, ਅਤੇ ਆਹ ਦੇਖ ਲਓ, M2 ਤੋਂ ਲੈ ਕੇ M10 ਤੱਕ ਦੀਆਂ ਵਾਸ਼ਲਾਂ ਨੇ, 260 ਪੀਸ। ਇਹ ਪਤਾ ਨਹੀਂ ਕਿੰਨੇ ਦੀਆਂ ਆਈਆਂ, ਸ਼ਾਇਦ 250 ਰੁਪਏ ਦੀਆਂ ਆਈਆਂ ਨੇ। ਮੇਨ ਆਪਾਂ ਨੂੰ ਜ਼ਰੂਰਤ ਹੁੰਦੀ ਹੈ M2 ਅਤੇ M2.5 ਜਾਂ M3 ਲਾ ਲਓ, M4 ਲਾ ਲਓ, M4 ਤੱਕ ਦੀ ਜ਼ਰੂਰਤ ਹੁੰਦੀ ਹੈ। M6, M5, 8, 7 ਦਾ 10, ਇਹ ਤਾਂ ਬਹੁਤ ਹੀ ਰੇਅਰ ਯੂਜ਼ ਹੁੰਦੀਆਂ ਕਿਤੇ, ਠੀਕ ਹੈ। ਇਹ ਇਕੱਲੀਆਂ ਮਿਲਦੀਆਂ ਨਹੀਂ ਸੀ ਪਈਆਂ, ਅਤੇ ਆ ਪੈਕ ਜਿਹੜਾ ਸਸਤਾ ਪੈ ਜਾਂਦਾ ਸੀ, ਇਸ ਕਰਕੇ ਮੈਂ ਪੂਰਾ ਸੈੱਟ ਹੀ ਮੰਗਾ ਲਿਆ। ਲਓ ਵੀ, ਹਾਂ ਇੱਕ ਹੋਰ ਇਨਵੈਸਟਮੈਂਟ ਹੋ ਗਈ ਹੈ, ਅਤੇ ਇਹਨੂੰ ਆਪਾਂ ਰੱਖ ਦਿੰਦੇ ਹਾਂ ਵਾਸ਼ਲਾਂ ਦੇ ਡੱਬੇ 'ਚ। ਪਰ ਵਾਸ਼ਲਾਂ ਦੇ ਡੱਬੇ 'ਚ ਆਉਣਾ ਤਾਂ ਨਹੀਂ ਇਹਨੇ, ਕਿ ਆ ਜੂ ਇੱਦਾਂ ਨਹੀਂ ਆਉਣਾ। ਚਲੋ ਇਹਨੂੰ ਕਿਤੇ ਹੋਰ ਰੱਖ ਦਿੰਦੇ ਹਾਂ ਆਪਾਂ, ਇੱਥੇ ਰੱਖ ਦਿੰਦੇ, ਬਥੇਰੀ ਜਗ੍ਹਾ ਪਈ ਹੈ। ਅਤੇ ਅੱਜ ਦਾ ਆਪਣਾ ਮਿਸ਼ਨ ਇੱਦਾਂ ਹੈ ਕਿ No. 1 ਨਾਟ 11 ਬਣਾਉਣਾ, ਠੀਕ ਹੈ। ਇੱਕ ਨਾਟ 11 ਦੇ ਕੰਮ ਸ਼ੁਰੂ ਕਰਨਾ, ਪਲੱਸ ਇੱਕ ਨਿਊ ਹੋਲੈਂਡ 'ਤੇ ਕੰਮ ਕਰਨਾ, ਅਤੇ ਇੱਕ ਬਣਾਉਣਾ ਸਵਰਾਜ। ਸਵਰਾਜ ਕਿਹੜਾ ਬਣਾਉਣਾ? ਆਹ ਜਿਹੜਾ ਬਣਾਉਣਾ, ਠੀਕ ਹੈ, ਇਸ ਕੈਟੇਗਰੀ ਦਾ ਸਵਰਾਜ ਬਣਾਉਣਾ। ਅਤੇ ਮੈਂ ਪਲੈਨ ਕਰਨ ਦਿਆਂ ਵਾਂ ਕਿ ਆਹ ਟਰੈਕਟਰ ਜਿਹੜਾ ਹੁਣ ਅਪਗ੍ਰੇਡ ਕਰਦੇ ਹਾਂ, ਠੀਕ ਹੈ, ਅੱਗੇ ਆਉਣ ਵਾਲੇ ਟਾਈਮ 'ਚ। ਅਤੇ ਜਿਹੜਾ ਪੁਰਾਣਾ ਡਿਜ਼ਾਇਨ ਸੀਗਾ, ਪੁਰਾਣਾ ਮਿਊਜ਼ਿਕ ਸਿਸਟਮ ਸੀਗਾ, ਉਹ ਮੈਂ ਡਿਜ਼ਾਇਨ ਥੋੜ੍ਹਾ ਚੇਂਜ ਕਰਾਂਗਾ, ਸ਼ਾਇਦ, ਕਨਫਰਮ ਨਹੀਂ ਗਾ। ਪਰ ਇਹਦਾ ਜਿਹੜਾ ਗੇਅਰ ਬੋਕਸ ਹੈ, ਉਹ ਆਪਾਂ ਅਪਗ੍ਰੇਡ ਕਰ ਦੇਣਾ। ਹੁਣ ਆਪਾਂ ਡਬਲ ਗੇਅਰ ਬੋਕਸ ਯੂਜ਼ ਕਰਨਾ, ਅਤੇ ਆਪਣੇ ਨੋਰਮਲ ਟਰੈਕਟਰਾਂ ਨਾਲੋਂ ਨਾ ਸਵਰਾਜ ਦਾ ਸਾਈਜ਼ ਵੀ ਥੋੜ੍ਹਾ ਜਿਹਾ ਵੱਡਾ ਹੋ ਜੂਗਾ, ਠੀਕ ਹੈ, ਕਿਉਂਕਿ ਡਬਲ ਗੇਅਰ ਬੋਕਸ ਲਾ ਦਾਂਗੇ। ਟਾਇਰਾਂ ਦਾ ਸਾਈਜ਼ ਤਾਂ ਸ਼ਾਇਦ ਮੈਂ ਸੇਮ ਹੀ ਰੱਖਾਂਗਾ, ਅਤੇ ਓਵਰਆਲ ਸਾਈਜ਼ ਥੋੜ੍ਹਾ ਜਿਹਾ ਵੱਡਾ ਕਰਨ ਦੀ ਕੋਸ਼ਿਸ਼ ਕਰਾਂਗੇ, ਕਨਫਰਮ ਅਜੇ ਕੁਛ ਨਹੀਂ ਕਹਿੰਦਾ ਮੈਂ, ਠੀਕ ਹੈ। ਅਤੇ ਇੱਕ ਇਹਦੇ 'ਤੇ ਕੰਮ ਕਰਨਾ। ਮੇਨ ਅੱਜ 3 ਟਰੈਕਟਰ ਰੈਡੀ ਕਰਨੇ ਨੇ ਆਪਾਂ, ਰੈਡੀ ਤਾਂ ਨਹੀਂ ਕਹਿ ਸਕਦਾ ਮੈਂ, ਪਰ ਕੰਮ ਸ਼ੁਰੂ ਕਰ ਦੇਣਾ 3 'ਤੇ, ਨਾਟ 11, ਨਿਊ ਹੋਲੈਂਡ, ਸਵਰਾਜ, ਠੀਕ ਹੈ। 3 ਟਰੈਕਟਰਾਂ ਦੇ ਔਰਡਰ ਆਏ ਹੋਏ ਨੇ ਆਪਾਂ ਨੂੰ, ਇੱਕ ਨਾਟ 11 ਹੈ, ਅਤੇ ਸਵਰਾਜ, ਅਤੇ ਇੱਕ ਜੋਂਡੀਅਰ, ਠੀਕ ਹੈ। ਜੋਂਡੀਅਰ ਦਾ ਇਹ ਸਮਾਨ ਆਇਆ ਨਹੀਂ, ਉਹ ਸ਼ਾਇਦ ਤਾਂ ਕੱਲ੍ਹ ਜਾਂ ਪਰਸੋਂ ਤੱਕ ਆਊਗਾ, ਅਤੇ ਜੋਂਡੀਅਰ 'ਤੇ ਆਪਾਂ ਫਿਰ ਉਦੋਂ ਕੰਮ ਸ਼ੁਰੂ ਕਰਾਂਗੇ। ਅਤੇ ਬਾਕੀ ਜੋਂਡੀਅਰ ਦਾ ਡਿਜ਼ਾਇਨ ਜਿਹੜਾ, ਉਹ ਮੈਂ ਅਪਗ੍ਰੇਡ ਕਰਤਾ, ਠੀਕ ਹੈ। ਪਹਿਲਾਂ ਨਾਲੋਂ ਜਿੰਨੀਆਂ ਵੀ ਕਮੀਆਂ ਸੀਗੀਆਂ ਸਾਰੀਆਂ ਇੰਪਰੂਵ ਕਰਤੀਆਂ, ਹੁਣ ਫੁੱਲ ਹੈਵੀ ਜਿਹੜਾ ਇਹਦਾ ਬੈਕ ਵਾਲਾ ਹਿੱਸਾ ਬਣਾਤਾ ਆਪਾਂ, ਠੀਕ ਹੈ। ਮੋਟਰਾਂ ਆਉਂਦੀਆਂ, ਉਦੋਂ ਬਾਅਦ ਫਿਰ ਅੱਗੇ ਕੰਮ ਸ਼ੁਰੂ ਕਰ ਦਾਂਗੇ ਇਹਦੇ 'ਤੇ ਮੌਕੇ 'ਤੇ। ਹੁਣ ਆਪਾਂ ਇੱਧਰ ਹੀ ਕੰਮ ਕਰੀਏ, ਮੇਨ ਪਹਿਲਾਂ ਸਵਰਾਜ ਦਾ ਗੇਅਰ ਬੋਕਸ ਡਿਜ਼ਾਇਨ ਕਰਦਾ, ਠੀਕ ਹੈ, ਉਦੋਂ ਬਾਅਦ ਫਿਰ ਅੱਗੇ ਦੇਖਦੇ ਹਾਂ ਇਹਦਾ ਓਵਰਆਲ ਡਿਜ਼ਾਇਨ ਕਿੱਦਾਂ ਦਾ ਰੱਖਣਾ, ਠੀਕ ਹੈ। ਫਰੰਟ ਜਿਹੜੇ ਟਾਇਰ ਨੇ, ਉਹ ਵੀ ਆਪਾਂ ਹੁਣ ਇਹਦੇ ਨਾਲ ਦੇ ਪਾਵਾਂਗੇ, ਸ਼ਾਇਦ ਲੁੱਕ ਮੈਂ ਸੇਮ ਹੀ ਰੱਖਾਂਗਾ ਟਰੈਕਟਰਾਂ ਦੀ, ਠੀਕ ਹੈ, ਕੋਸ਼ਿਸ਼ ਇਹੀ ਕਰਾਂਗੇ। ਕਿਉਂਕਿ ਮੌਕੇ 'ਤੇ ਆਪਣੇ ਕੋਲ ਟਾਇਰ ਐਡਵਾਂਸ ਪ੍ਰਿੰਟ ਹੋਏ ਪਏ ਨੇ ਕਾਫੀ, ਅਤੇ ਮੈਂ ਸੋਚਦਾ ਕਿ ਟਾਇਰ ਯੂਜ ਕਰ ਲਈਏ ਆਪਾਂ, ਕਾਫੀ ਤਾਂ ਨਹੀਂ ਵੈਸੇ, ਥੋੜ੍ਹੇ ਜਿਹੇ ਬਚੇ ਨੇ ਉਹਦਾ। ਆਹ ਟਾਇਰ ਹੈਗੇ ਨੇ, 2 ਜੋੜੀਆਂ ਪੈ ਸਕਦੀਆਂ ਸਵਰਾਜ ਨੂੰ ਜੇ ਲੋਡ ਪਈ ਤਾਂ ਪਾਉਣ ਦੀ। ਬਾਕੀ ਚਲੋ ਦੇਖ ਲੈਂਦੇ ਹਾਂ, ਜਿਵੇਂ ਵੀ ਹੋਊਗਾ, ਜੋ ਵੀ ਹੋਊਗਾ ਕਰ ਲਾਂਗੇ, ਠੀਕ ਹੈ। ਲਓ ਵੀ ਮੁੰਡਿਓ, ਲੇਟੈਸਟ ਅਪਡੇਟ ਕੁਛ ਇੱਦਾਂ ਹੈ ਕਿ ਇੱਧਰ ਨਿਊ ਹੋਲੈਂਡ 3630 ਬੰਦ ਆ ਰਿਮੋਟ ਕੰਟਰੋਲ, ਠੀਕ ਹੈ।
ਫਿਟਿੰਗ ਹਜੇ ਸਾਰੀ ਹੋਣੀ ਹੈ, ਬਸ ਗੇਅਰ ਬੋਕਸ ਫਰੰਟ ਐਕਸਲ ਉਹ ਸਾਰਾ ਰੇਡੀ ਕਰਤਾ ਸੀ ਮੈਂ। ਉਸੇ ਤਰੀਕੇ ਨਾਲ ਹੀ ਇੱਧਰ ਆਪਣਾ ਨਾਟ ਗਿਆਰ ਹੈ ਜਿਹੜਾ, ਉਹ ਵੀ ਉਨਾ ਹੀ ਬਣ ਗਿਆ ਜਿੰਨਾ ਬਣਾਇਆ, ਉਨਾ ਹੀ ਨਾਟ ਗਿਆਰਾਂ ਇੱਕ ਰੇਡੀ ਹੋ ਗਿਆ, ਠੀਕ ਹੈ। ਅਤੇ ਇਹਦੇ ਮਡਗਾਰਡ ਪੇਂਟ ਕਰਨੇ ਨੇ, ਆਹ ਦੇਖੋ ਸੈਂਡਿੰਗ ਕਰਕੇ ਇੱਥੇ ਰੱਖ ਲਏ ਨੇ, ਅਤੇ ਬਸ ਹੁਣੇ ਪੇਂਟ ਮਾਰਦਾ ਇਹਦੇ 'ਤੇ, ਠੀਕ ਹੈ। ਅਤੇ ਉਸ ਦੇ ਨਾਲ ਜਿਹੜਾ ਆਪਣਾ ਸਵਰਾਜ ਬਣਨਾ ਆ ਜਿਹੜਾ, ਇਹਨੂੰ ਵੀ ਇਸ ਵਾਰੀ ਆਪਾਂ ਸੇਮ ਇਸੇ ਡਿਜ਼ਾਇਨ ਦੀ ਰਿਮ ਪਾਉਂਦੇ ਹਾਂ, ਠੀਕ ਹੈ, ਜਿਵੇਂ ਦੇ ਆਪਣੇ ਇਹਨਾਂ ਮਾਡਲਾਂ ਨੂੰ ਆਉਂਦੇ ਨੇ, ਸੇਮ ਸਾਈਜ਼ ਟਾਇਰਾਂ ਦਾ ਵੀ। ਇਸ ਤੋਂ ਪਹਿਲਾਂ ਵਾਲੇ ਜਿਹੜੇ ਸਵਰਾਜ ਸੀ ਉਹਨਾਂ ਦੇ ਟਾਇਰ ਨਾ ਜਿੱਦਾਂ ਓਵਰਆਲ ਸਾਰੇ ਸੇਮ ਹੀ ਸੀਗੇ, ਪਰ ਅੰਦਰੋਂ ਜਿਹੜਾ ਵੀਲ ਸੀਗਾ ਉਹ ਵੱਡਾ ਸੀਗਾ, ਟਾਇਰ ਥੋੜ੍ਹੇ ਜਿਹੇ ਛੋਟੇ ਸੀਗੇ। ਅਤੇ ਪਰ ਹੁਣ ਜਿਹੜੇ ਅੱਗੇ ਨਵੇਂ ਬਣੇ ਸਵਰਾਜ ਉਹਨਾਂ ਸਾਰਿਆਂ 'ਤੇ ਆਪਾਂ ਆਹੀ ਵੀਲ ਯੂਜ਼ ਕਰਾਂਗੇ ਪ੍ਰਿੰਟ ਕਰਕੇ, ਠੀਕ ਹੈ। ਇਹਦੇ ਡਬਲ ਗੇਅਰ ਬੋਕਸ ਲੱਗਣਾ, ਇਸ ਕਰਕੇ ਇਹਦੇ 'ਤੇ ਹਜੇ ਥੋੜ੍ਹਾ ਟਾਈਮ ਲੱਗੂਗਾ, ਐਕਸਪੈਰੀਮੈਂਟ ਵਗੈਰਾ ਕਰਨ ਦਿਆਂ ਮੈਂ, ਇੱਥੇ ਪਾਰਟਸ ਪ੍ਰਿੰਟ ਕਰਨੇ ਲਾਏ ਹੋਏ ਨੇ, ਠੀਕ ਹੈ, ਅਤੇ ਚੱਲਣ ਦਿਆਂ ਕੰਮ। ਅਤੇ ਮੌਕੇ 'ਤੇ ਹੁਣ ਮੈਂ ਐਡੀਟਿੰਗ ਕਰ ਲਾਂ, ਟਾਈਮ ਕਾਫੀ ਹੋ ਗਿਆ ਐਡੀਟਿੰਗ ਨਹੀਂ ਕੀਤੀ, ਪਿਛਲਾ ਵਲੋਗ 1:30 ਵੱਜ ਗਿਆ, ਛੇਤੀ ਛੇਤੀ ਐਡੀਟਿੰਗ ਕਰਦੇ ਹਾਂ ਆਪਾਂ, ਅਤੇ ਉਦੋਂ ਬਾਅਦ ਫਿਰ ਅੱਗੇ ਕਰਦੇ ਹਾਂ ਕੰਟੀਨਿਊ ਕੰਮ। ਬਾਕੀ ਆਪਣੇ ਜੌਂਡੀਅਰ ਦੀਆਂ ਜਿਹੜੀਆਂ ਮੋਟਰਾਂ ਨੇ, ਹੋਰ ਵੀ ਪਾਰਟਸ ਵਗੈਰਾ, ਉਹ ਸਾਰੇ ਵੀ ਆ ਗਏ ਨੇ ਅੱਜ, ਅਤੇ ਮੈਂ ਦੇਖਦਾ ਸ਼ਾਮ ਨੂੰ ਲੈ ਕੇ ਆਉਂਦਾ ਵਾਂ, ਅਤੇ ਉਦੋਂ ਬਾਅਦ ਅੱਗੇ ਫਿਰ ਕੰਟੀਨਿਊ ਕਰਦੇ ਹਾਂ ਜੌਂਡੀਅਰ, ਅਤੇ ਇਹਨਾਂ ਦੇ ਆਰਡਰ ਵੀ ਫਿਰ ਅੱਗੇ ਸ਼ੁਰੂ ਕਰ ਦਾਂਗੇ, ਠੀਕ ਹੈ। ਲਓ ਵੀ ਮੁੰਡਿਓ, ਸੀਨ ਇੱਦਾਂ ਕਿ ਆਪਾਂ ਪਹਿਲਾਂ ਬਾਅਦ ਜਾ ਆਏ ਸੀਗੇ, ਆਹ ਇੱਕ ਪਾਰਸਲ ਆਇਆ ਸੀਗਾ, ਠੀਕ ਹੈ, ਇਹ ਲੈ ਕੇ ਆਏ ਹਾਂ। ਇਹਦੇ ਵਿੱਚ ਕੀ ਹੈ, ਇੱਕ ਰਾਜ ਹੈ, ਠੀਕ ਹੈ, ਇੱਕ ਰਾਜ ਜਿਹੜਾ ਕਿ ਹਜੇ ਤੁਹਾਨੂੰ ਪਤਾ ਨਹੀਂ ਲੱਗਣਾ। ਅਤੇ ਇੱਧਰ ਸੀਨ ਐਵੇਂ ਸੀਗਾ, ਵੈਸੇ ਤਾਂ ਆਪਾਂ ਸਵਰਾਜ ਬਣਾਉਣਾ ਸੀਗਾ ਡਬਲ ਗੇਅਰ ਬੋਕਸ 'ਚ, ਠੀਕ ਹੈ, ਅਤੇ ਉਹਦੇ 'ਤੇ ਵੀ ਆਪਾਂ ਕੰਮ ਕਰਨਾ ਹੈ, ਪਰ ਨਾ ਉਹਨੂੰ ਤਿਆਰ ਹੋਣ 'ਚ ਟਾਈਮ ਲੱਗ ਜੂਗਾ, ਹਜੇ 3-4 ਦਿਨ ਜ਼ਿਆਦਾ ਵੀ ਲੱਗ ਸਕਦੇ ਨੇ। ਅਤੇ ਮੌਕੇ 'ਤੇ ਇੱਕ ਔਡਰ ਆਇਆ ਹੋਇਆ ਜਿਹਨੂੰ ਕਿ ਹਫ਼ਤਾ ਹੋ ਗਿਆ ਆਏ ਨੂੰ, ਹੁਣ ਦੱਸਿਆ ਮੈਨੂੰ ਮਿਖਿਲ ਨੇ, ਅਤੇ ਕਹਿੰਦਾ ਸੀ ਵੀ 3 ਟਰੈਕਟਰ ਆਪਾਂ ਰੇਡੀ ਕਰਕੇ ਦੇਣੇ ਆ ਛੇਤੀ ਤੋਂ ਛੇਤੀ। ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਕੱਲ੍ਹ ਸ਼ਾਮ ਤੱਕ ਨਾ 3 ਟਰੈਕਟਰ ਰੇਡੀ ਕਰਦਾ। ਟਰੈਕਟਰ ਵੈਸੇ 6-7 ਰੇਡੀ ਕਰਨੇ ਨੇ, ਪਰ ਆਹ ਜਿਹੜੇ 3 ਨੇ ਇਹ ਆਪਾਂ ਪਹਿਲਾਂ ਰੇਡੀ ਕਰਾਂਗੇ, ਠੀਕ ਹੈ। ਅਤੇ ਟਰੈਕਟਰ ਇੱਕ ਤਾਂ ਸਵਰਾਜ ਹੈ ਆਹ ਜਿਹੜਾ ਹੀ, ਦੂਜਾ 9-11 ਹੈ, ਅਤੇ ਇੱਕ ਹੈ ਜੌਂਡੀਅਰ। ਜੌਂਡੀਅਰ ਵੀ ਰੇਡੀ ਮੰਨ ਕੇ ਚੱਲੋ, 9-11 ਵੀ ਵੈਸੇ ਤਾਂ ਰੇਡੀ ਹੈ, ਆਪਣਾ ਟੈਸਟਿੰਗ ਵਾਲਾ ਜੇ ਭੇਜਣਾ ਹੋਇਆ ਤਾਂ ਇਹ ਵੀ ਭੇਜਦਾ ਹੈ, ਕੋਈ ਚੱਕਰ ਨਹੀਂ। ਬਾਕੀ ਮੈਂ ਕੋਸ਼ਿਸ਼ ਕਰਾਂਗਾ ਕਿ ਕੱਲ੍ਹ ਸ਼ਾਮ ਤੱਕ ਇੱਕ ਨਵਾਂ ਬਣਾ ਦਾਂ, ਠੀਕ ਹੈ। ਕੰਮ ਵੈਸੇ ਚੱਲਣ ਦਿਆ, ਮਡਗਾਰਡ ਪੇਂਟ ਕੀਤੇ ਹੋਏ ਨੇ, ਬੋਡੀ ਆਲਮੋਸਟ ਸਾਰੀ ਤਿਆਰ ਹੀ ਹੈ, ਅਤੇ ਹੋ ਸਕਦਾ ਕੱਲ੍ਹ ਤੱਕ ਇਹ ਵੀ ਤਿਆਰ ਹੋ ਜਾਏ 9-11। ਅਤੇ ਆਹ ਸਵਰਾਜ ਨਾ ਜਿਹੜਾ, ਇਹ ਹੁਣ ਮੈਂ ਸਿੰਗਲ ਗੇਅਰ ਬੋਕਸ 'ਚ ਬਣਾਵਾਂਗਾ ਇੱਕ ਵਾਰੀ, ਠੀਕ ਹੈ, ਕਿਉਂਕਿ ਡਬਲ ਨੂੰ ਹਜੇ ਟਾਈਮ ਲੱਗ ਜਾਣਾ। ਅਤੇ ਇੱਕ ਕੰਮ ਕਰਨਾ, ਪਲੱਸ ਆਪਣੇ ਜੌਂਡੀਅਰ ਜਿਹੜੇ ਨੇ ਉਹ ਵੀ ਰੇਡੀ ਕਰਨੇ ਨੇ, ਕਮ ਸੇ ਕਮ 4-5 ਟਰੈਕਟਰ ਆਪਾਂ ਨੂੰ ਜੌਂਡੀਅਰ ਚਾਹੀਦੇ ਨੇ 2-3 ਦਿਨਾਂ ਤੱਕ, ਉਹ ਤਿਆਰ ਕਰਨੇ ਨੇ, ਠੀਕ ਹੈ। ਅਤੇ ਉਹਨਾਂ 'ਤੇ ਵੀ ਮੈਂ ਕੰਮ ਕਰਦਾ ਹਾਂ ਬਸ ਸ਼ੁਰੂ। ਅਤੇ ਜੌਂਡੀਅਰ ਦੇ ਕਾਫੀ ਪਾਰਟ 'ਤੇ ਪ੍ਰਿੰਟ ਹੋਏ ਪਏ ਨੇ, 2 ਆ ਰਹੇ, ਅਤੇ ਇੱਕ ਆਹ ਪ੍ਰਿੰਟ ਹੋਇਆ ਪਿਆ, ਅਤੇ ਇੱਕ ਆਹ ਪ੍ਰਿੰਟ ਹੋਣ ਦਿਆ, ਠੀਕ ਹੈ। 4 ਪਾਰਟ ਹੋ ਗਏ ਪ੍ਰਿੰਟ, ਇਹ ਪ੍ਰਿੰਟ ਹੋ ਜਾਂਦਾ, ਉਦੋਂ ਬਾਅਦ ਇਹਦੇ 'ਤੇ ਟਾਇਰ ਪ੍ਰਿੰਟ ਕਰਨੇ ਲਾਉਣੇ ਆਪਾਂ ਜੌਂਡੀਅਰ ਦੇ ਹੀ। ਅਤੇ ਸਵਰਾਜ ਦੇ ਵੀ ਵੈਸੇ ਸੇਮ ਹੀ ਪੈਣੇ ਟਾਇਰ ਦੋਵਾਂ ਨੂੰ, ਅਤੇ ਜੌਂਡੀਅਰ ਸਵਰਾਜ ਦੇ ਆਲਮੋਸਟ ਸਾਰੇ ਪਾਰਟ ਇਹਦੇ ਸੇਮ ਹੀ ਨੇ, ਬਸ ਸ਼ੋਅ ਦਾ ਫਰਕ ਹੈ ਉੱਤੇ, ਠੀਕ ਹੈ। ਲਓ ਵੀ ਮੁੰਡਿਓ, ਸੀਨ ਇੱਦਾਂ ਕਿ ਆਹ ਦੇਖੋ ਖਲਾਰਾ ਪਾਇਆ ਹੋਇਆ, ਟਾਈਮ ਚੈੱਕ ਕਰ ਲਓ 2 ਵੱਜ ਗਏ ਨੇ, ਠੀਕ ਹੈ। ਅਤੇ ਹੁਣ ਤੱਕ ਮੈਂ ਕੰਮ ਕਰਨ ਦਿਆਂ ਵਾਂ ਟਰੈਕਟਰਾਂ ਦੇ ਉੱਤੇ। ਇੱਧਰ ਨਿਊ ਹੋਲੈਂਡ ਆਲਮੋਸਟ ਰੇਡੀ ਹੋ ਚੁੱਕਿਆ, 9-11 ਵੀ ਲਗਭਗ ਰੇਡੀ ਸੀ, ਬਸ ਨਾ ਇਹਦਾ ਇੱਕ ਮਡਗਾਰਡ ਹੈ, ਉਹਨੂੰ ਪੇਂਟ ਦੁਬਾਰੇ ਕਰਨਾ ਪਿਆ, ਥੋੜ੍ਹੀ ਦਿੱਕਤ ਆ ਗਈ ਸੀ, ਇਸ ਕਰਕੇ ਆਹ ਹੁਣ ਸਵੇਰੇ ਕਰਾਂਗੇ ਆਪਾਂ ਅਸੈਂਬਲ, ਠੀਕ ਹੈ। ਉਸ ਦੇ ਨਾਲ ਜੌਂਡੀਅਰ, ਉਹ ਦੇਖੋ ਉਹ ਵੀ ਰੇਡੀ ਹੈ, ਰੇਡੀ ਮਤਲਬ ਸਿਸਟਮ ਰਹਿ ਗਿਆ ਲੱਗਣ ਵਾਲਾ, ਉਹ ਆਪਾਂ ਸਵੇਰੇ ਪ੍ਰਿੰਟ ਕਰਾਂਗੇ, ਠੀਕ ਹੈ। ਪਾਰਟ ਕਾਫੀ ਨੇ ਪ੍ਰਿੰਟ ਕਰਨ ਵਾਲੇ, ਮੇਰੀ ਕੋਸ਼ਿਸ਼ ਇਹ ਹੈ ਕਿ ਕੱਲ੍ਹ ਸ਼ਾਮ ਤੱਕ, ਠੀਕ ਹੈ, ਵੀ 3 ਟਰੈਕਟਰ ਰੇਡੀ ਕਰਦਾ ਮੈਂ ਜਿਹੜੇ ਭੇਜਣੇ ਨੇ, ਅਤੇ ਉਸ ਤੋਂ ਇਲਾਵਾ ਜੌਂਡੀਅਰ ਦੇਖਾਂਗਾ ਜਿੰਨੇ ਵੀ ਬਣਨਗੇ, ਕੋਸ਼ਿਸ਼ ਕਰਾਂਗਾ ਆਪਦੇ ਵੱਲੋਂ ਪੂਰੀ, ਠੀਕ ਹੈ।
ਤੇ ਵਲੌਗ ਇਸ ਕਰਕੇ ਕੋਈ ਜ਼ਿਆਦਾ ਖਾਸ ਬਣਿਆ ਨਹੀਂ। ਮੈਂ ਦੇਖਦਾ ਵਲੌਗ ਹੋ ਸਕਦਾ ਆਹੀ ਵਲੌਗ ਮੈਂ ਕੱਲ੍ਹ ਕੰਟੀਨਿਊ ਕਰਾਂ, ਠੀਕ ਹੈ। ਦੋ ਦਿਨਾਂ ਦਾ ਇਕੱਠਾ ਵਲੌਗ ਆਜੂਗਾ, ਟਾਈਮ ਬਾਜੂ ਆਪਣਾ ਐਡੀਟਿੰਗ ਦਾ ਵੀ, ਉਨਾ ਟਾਈਮ ਆਪਾਂ ਇੱਥੇ ਟਰੈਕਟਰਾਂ ਦੇ ਕੰਮ ਕਰ ਲਾਂਗੇ, ਠੀਕ ਹੈ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਨੈਕਸਟ ਡੇ ਆਪਾਂ ਵਲੌਗ ਕਰਨਾ ਕੰਟੀਨਿਊ, ਅਤੇ ਇੱਥੇ ਟਾਈਮ ਚੈੱਕ ਕਰੋ, 10 ਵੱਜ ਗਏ ਨੇ ਸ਼ਾਮ ਦੇ, ਠੀਕ ਹੈ, ਸ਼ਾਮ ਦੇ ਨਹੀਂ ਰਾਤ ਦੇ। ਨੈਕਸਟ ਡੇ ਰਾਤ ਨੂੰ 10 ਵਜੇ ਮੈਂ ਵਲੌਗ ਕਰਨ ਦਿਆ ਵਾਂ ਕੰਟੀਨਿਊ, ਠੀਕ ਹੈ। ਅਤੇ ਪੂਰਾ ਦਿਨ ਵਲੌਗ ਨਹੀਂ ਸ਼ੂਟ ਕੀਤਾ ਮੈਂ, ਉਹਦਾ ਕੋਈ ਜ਼ਿਆਦਾ ਲੰਮਾ ਚੌੜਾ ਰੀਜ਼ਨ ਨਹੀਂ ਗਾ, ਸਾਹਮਣਾ ਵੱਡਾ ਮੇਨ ਇੱਕੋ ਹੀ ਰੀਜ਼ਨ ਹੈ, ਉਹ ਆਪਣੇ ਟਰੈਕਟਰ ਮਾਡਲ, ਠੀਕ ਹੈ। ਕਮ ਸੇ ਕਮ ਵੀ ਤੁਸੀਂ ਮੰਨ ਕੇ ਚਲੋ 6-7 ਟਰੈਕਟਰਾਂ ਦੇ ਔਡਰ ਨੇ ਜਿਹੜੇ ਕਿ ਮੈਂ ਕੰਪਲੀਟ ਕਰਨੇ ਨੇ, ਬਹੁਤ ਲੇਟ ਹੋ ਰਿਹਾ ਪਹਿਲਾਂ ਹੀ। ਅਤੇ ਇਸ ਕਰਕੇ ਮੈਂ ਕੱਲ੍ਹ ਵੀ ਵਲੌਗ ਕੋਈ ਐਡਾ ਖਾਸ ਸ਼ੂਟ ਨਹੀਂ ਸੀ ਕੀਤਾ, ਥੋੜ੍ਹੀਆਂ ਜਿਹੀਆਂ ਕਲਿੱਪਾਂ ਸੀ, ਅਤੇ ਅੱਜ ਵੀ ਪੂਰਾ ਦਿਨ ਮੈਂ ਇੱਧਰ ਟਰੈਕਟਰਾਂ 'ਤੇ ਕੰਮ ਕੀਤਾ, ਠੀਕ ਹੈ। ਹੁਣ ਵੇਖਣ 'ਚ ਇੱਥੇ ਅਜੇ ਤੁਹਾਨੂੰ ਲੱਗਦਾ ਹੋਊਗਾ ਕਿ ਮੌਕੇ 'ਤੇ ਕੋਈ ਵੀ ਟਰੈਕਟਰ ਰੇਡੀ ਨਹੀਂ ਗਾ, ਅਤੇ ਅਸਲ 'ਚ ਰੇਡੀ ਵੀ ਨਹੀਂ ਗਾ, ਕੰਪਲੀਟ 100% ਕੋਈ ਵੀ ਟਰੈਕਟਰ ਰੇਡੀ ਨਹੀਂ ਗਾ। ਪਰ ਸਾਰੇ ਟਰੈਕਟਰ ਨਾ ਆਲਮੋਸਟ ਤੁਸੀਂ ਮੰਨ ਕੇ ਚਲੋ 70% ਜਿਹੜੇ ਆ ਡਨ ਹੋ ਚੁੱਕੇ ਨੇ, ਵਾਇਰਿੰਗ ਵਗੈਰਾ ਗੇਅਰ ਬੋਕਸ ਸਭ ਕੁਝ ਹੋ ਗਿਆ, ਬਸ ਫਾਈਨਲ ਫਿਨਿਸ਼ਿੰਗ ਰਹਿ ਗਈ ਸਾਰੇ ਟਰੈਕਟਰਾਂ ਦੀ, ਠੀਕ ਹੈ। ਸਵਰਾਜ, ਜੌਂਡੀਅਰ, ਇੱਕ ਹੋਰ ਆ ਜੌਂਡੀਅਰ ਆਪਣਾ 61, ਨਿਊ ਹੋਲੈਂਡ, ਅਤੇ ਸਵਰਾਜ ਆਪਣਾ ਇਹ ਵੀ ਆਲਮੋਸਟ ਡਨ ਹੀ ਮੰਨ ਕੇ ਚੱਲੋ ਤੁਸੀਂ, ਅਤੇ ਪਲੱਸ ਇੱਕ ਹੋਰ ਜੌਂਡੀਅਰ ਬਣਾਉਣਾ, ਉਹਦੇ 'ਤੇ ਮੈਂ ਹੁਣ ਕੰਮ ਕਰਾਂਗਾ ਰਾਤ ਨੂੰ, ਯਾਨੀ ਕਿ ਮੌਕੇ 'ਤੇ ਇਹਨਾਂ ਟਰੈਕਟਰਾਂ ਦੇ ਕੰਮ ਚੱਲਣ ਦਿਆ। ਹਜੇ 12 ਵਜੇ ਤੱਕ ਮੈਂ ਹੋਰ ਕੰਮ ਕਰਾਂਗਾ, ਦੇਖਦਾ ਵਾਂ ਇੱਕ ਅੱਧਾ ਟਰੈਕਟਰ ਇਹਨਾਂ 'ਚੋਂ ਕੰਪਲੀਟ ਕਰ ਸਕਾਂ, ਹੋ ਸਕਿਆ ਤਾਂ 61 ਕਰ ਦਾਂਗਾ ਮੈਂ। ਅਤੇ ਵੈਸੇ ਤਾਂ ਨਿਊ ਹੋਲੈਂਡ ਵੀ ਆਪਣਾ ਰੇਡੀ ਹੈ ਆਲਮੋਸਟ, ਅਤੇ ਇਹ 2 ਟਰੈਕਟਰ ਦੇਖਦਾ ਮੈਂ ਡਨ ਕਰ ਦੇਣਾ, ਅਤੇ ਕੰਮ ਚੱਲਣ ਦਿਆ ਬਸ। ਅੱਜ ਅਤੇ ਕੱਲ੍ਹ 2 ਦਿਨ ਖਿੱਚ ਕੇ ਕੰਮ ਕੀਤਾ ਮੈਂ, ਤਾਂ ਵਲੌਗ ਸ਼ੂਟ ਨਹੀਂ ਕੀਤਾ, ਪਰ ਸਵੇਰ ਤੋਂ ਕੰਟੀਨਿਊ ਪਹਿਲਾਂ ਵਾਂਗੂ ਡੇਲੀ ਵਲੌਗ ਮੈਂ ਸ਼ੂਟ ਕਰਦਾਂਗਾ, ਠੀਕ ਹੈ। ਮੌਕੇ 'ਤੇ ਇੱਕ ਵਾਰੀ ਇੱਥੇ ਸਾਰਾ ਖਲਾਰਾ ਜਿਹਾ ਪਿਆ ਹੋਇਆ, ਜਿਹੜੇ ਜਿਹੜੇ ਟਰੈਕਟਰ ਸੈੱਟ ਕਰਨ ਵਾਲੇ ਮੈਂ ਫਾਈਨਲ ਸਾਰਿਆਂ ਦੀ ਸੈਟਿੰਗ ਕਰਕੇ ਅਤੇ ਲਾਈਨ ਸਿਰ ਖਿਲਾਰ ਦੇਵਾਂ, ਠੀਕ ਹੈ। ਫਿਰ ਪਤਾ ਲੱਗੂ ਕਿਹੜੇ ਕਿਹੜੇ ਟਰੈਕਟਰ ਰੇਡੀ ਹੋ ਚੁੱਕੇ ਨੇ। ਅਤੇ ਉਸ ਦੇ ਨਾਲ ਇੱਧਰ ਟਾਇਰ ਪ੍ਰਿੰਟ ਕਰਨੇ ਲਾਏ ਹੋਏ ਨੇ, 2 ਫਰੰਟ ਦੇ ਟਾਇਰਾਂ ਦਾ ਔਡਰ ਸੀਗਾ, ਅਤੇ ਅੱਜ ਪੂਰੀ ਰਾਤ ਪ੍ਰਿੰਟਰ ਚੱਲੂਗਾ ਅਤੇ ਆਹ 2 ਟਾਇਰ ਪ੍ਰਿੰਟ ਹੋਣਗੇ, ਠੀਕ ਹੈ। ਸਵੇਰੇ ਵੀ ਫਿਰ ਕੁਰੀਅਰ ਕਰਨੇ ਨੇ ਆਪਾਂ, ਇਹਦਾ ਵੀ ਔਡਰ ਆਇਆ ਹੋਇਆ ਸੀਗਾ। ਇੱਧਰ ਪਾਰਟ ਪ੍ਰਿੰਟ ਹੋਣਾ ਨੇ ਆਪਣੇ ਸਵਰਾਜ ਦੇ, ਉਸ ਤੋਂ ਇਲਾਵਾ ਹੋਰ ਵੀ ਇਹਨਾਂ ਟਰੈਕਟਰ ਨਿੱਕੇ ਨਿੱਕੇ ਕਾਫੀ ਪਾਰਟ ਨੇ, ਉਹ ਸਾਰੇ ਇੱਥੇ ਇਸ ਪ੍ਰਿੰਟਰ 'ਤੇ ਹੁਣ ਪ੍ਰਿੰਟ ਹੁੰਦੇ ਪਏ ਨੇ, ਠੀਕ ਹੈ। ਆਹ ਪ੍ਰਿੰਟਰ 'ਤੇ ਹੁਣ ਵਿਹਲਾ ਨਹੀਂ ਗਾ 2-3 ਦਿਨ। ਲਓ ਵੀ ਮੁੰਡਿਓ, ਆਹ ਦੇਖੋ ਟਰੈਕਟਰ ਸਾਰੇ ਇੱਥੇ ਲਾਤੇ ਲੈਨ ਸਿਰ, ਅਤੇ ਇਹਨਾਂ ਦੇ ਵਿੱਚੋਂ ਆਹ ਜੌਂਡੀਅਰ, ਆਹ 61 ਅਤੇ ਆਹ ਸਵਰਾਜ, ਆਹ 3 ਅੱਡ ਨੇ, ਠੀਕ ਹੈ, ਇਕੱਠੇ ਭੇਜਣੇ ਨੇ। ਅਤੇ ਉਸ ਤੋਂ ਇਲਾਵਾ 2 ਜੌਂਡੀਅਰ ਹੋਰ ਨੇ, ਉਹਨਾਂ 'ਚੋਂ ਇੱਕ ਤਾਂ ਟਰੈਕਟਰ ਰੇਡੀ ਹੈ ਅਤੇ ਇੱਕ ਆਪਾਂ ਹੋਰ ਰੇਡੀ ਕਰਨਾ, ਇਹਦੇ 'ਤੇ ਕੰਮ ਚੱਲਣ ਦਿਆ। ਬਾਕੀ ਹੋ ਸਕਦਾ ਸਵੇਰੇ 2 ਜੌਂਡੀਅਰ ਆਪਾਂ ਨੂੰ ਰੇਡੀ ਕਰਨੇ ਪੈਣ। ਅਤੇ ਸਮਾਨ ਮੈਂ ਲਗਭਗ ਸਾਰਾ ਪ੍ਰਿੰਟ ਕੀਤਾ ਹੀ ਹੋਇਆ, ਵੈਸੇ ਪਾਰਟਸ ਸਾਰੇ ਪ੍ਰਿੰਟ ਨੇ, ਮਿਊਜ਼ਿਕ ਸਿਸਟਮ ਇੱਕ ਐਕਸਟਰਾ ਹੈਗਾ, ਇੱਕ ਹੋਰ ਪ੍ਰਿੰਟ ਕਰਨਾ, ਉਹ ਫਿਰ ਸਵੇਰੇ ਕਰਾਂਗੇ। ਮੌਕੇ 'ਤੇ ਨਾ ਇਕੱਲਾ ਹੀ ਪ੍ਰਿੰਟਰ ਚਲਾਇਆ ਮੈਂ, ਆਹ ਪ੍ਰਿੰਟਰ ਥੋੜ੍ਹਾ ਜਿਹਾ ਖਰਾਬ ਕਰਦਾ ਪਿਆ, ਯਾਨੀ ਬਾਹਲਾ ਲੰਮਾ ਨਹੀਂ ਇਹਨੂੰ ਚਲਾ ਸਕਦੇ, 2-3 ਘੰਟਿਆਂ ਤੋਂ ਜ਼ਿਆਦਾ ਨਹੀਂ ਚਲਾ ਸਕਦੇ, ਅਤੇ ਇਸ ਕਰਕੇ ਮੌਕੇ 'ਤੇ ਤਾਂ ਇਕੱਲਾ ਹੀ ਚੱਲਣ ਦਿਆ ਹੁਣ, ਠੀਕ ਹੈ। ਅਤੇ ਇੱਧਰ ਨਿਊ ਹੋਲੈਂਡ ਵੀ ਆਪਣਾ ਇੱਕ ਰੇਡੀ ਮੰਨ ਕੇ ਚੱਲੋ, ਠੀਕ ਹੈ, ਇਹਦਾ ਵੀ ਅੱਡ ਔਡਰ ਹੈ, ਇਹ ਟਰਾਲੀ ਦੇ ਨਾਲ ਭੇਜਣਾ ਹੈ। ਅਤੇ ਮੌਕੇ 'ਤੇ ਤਾਂ ਬਸ ਆਹੀ ਅਪਡੇਟ ਹੈ, ਬਾਕੀ ਚਲੋ ਸਵੇਰ ਵਾਲੇ ਵਲੌਗ 'ਚ ਡਿਟੇਲ 'ਚ ਕਰਦੇ ਹਾਂ ਆਪਾਂ ਗੱਲ, ਦੇਖਦੇ ਹਾਂ ਕਿਹੜਾ ਕਿਹੜਾ ਟਰੈਕਟਰ ਰੇਡੀ ਹੁੰਦਾ। ਚਲੋ ਫਿਰ, ਠੀਕ ਹੈ ਮੁੰਡਿਓ, ਵਲੌਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਜਿਹੜੇ ਮੇਰੇ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਆਪਾਂ ਸਵੇਰੇ ਨਵੇਂ ਵਲੌਗ 'ਚ। ਓਕੇ, ਬਾਏ, ਟਾਟਾ।